के फर्जी कागजात बनवाकर सेना में भर्ती होने के मामले में पुलिस ने पहली गिरफ्तारी की है। पुलिस ने हरियाणा के सोनीपत जिले के मनजीत सिंह को नागपुर के मिलिट्री ट्रेनिंग कैंप से गिरफ्तार किया है। मनजीत ने लुधियाना के कागजात पर सेना में नौकरी हासिल की थी। ਇਹ ਇੱਕ ਕੇਸ ਰਜਿਸਟਰ ਹੋਇਆ ਸੀਗਾ ਮੁਕਦਮਾ ਨੰਬਰ 45 ਫੌਜ ਦੇ ਸੀਨੀਅਰ ਅਫਸਰਾਂ ਦੀ ਸਟੇਟਮੈਂਟ ਤੇ ਹੋਇਆ ਸੀਗਾ। ਉਹਦੇ ਵਿੱਚ ਜਿਹੜੇ ਕੈਂਡੀਡੇਟ ਜਲੀ ਡਾਕੂਮੈਂਟਸ ਦੇ ਜਿਹੜੇ ਭਰਤੀ ਹੋ ਗਏ ਸੀਗੇ ਫੌਜ ਦੇ ਵਿੱਚ, ਉਹਨਾਂ ਦੇ ਕਰੀਬ 35 ਕੈਂਡੀਡੇਟ ਸੀਗੇ ਜਿਨ੍ਹਾਂ ਦੇ ਉੱਪਰ ਕੇਸ ਰਜਿਸਟਰ ਹੋਇਆ ਸੀਗਾ, ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਮਨਜੀਤ ਸਿੰਘ ਕੈਂਡੀਡੇਟ ਜਿਹੜਾ ਨਾਗਪੁਰ ਟ੍ਰੇਨਿੰਗ ਸੈਂਟਰ ਦੇ ਉੱਪਰ ਅਸੀਂ ਫੜਦੇ ਨਿਕਲਾ। 13 ਤਰੀਕ ਨੂੰ ਅਸੀਂ ਉਹਦੀ ਉੱਪਰ ਅਰੈਸਟ ਪਾਈ ਸੀ ਅਤੇ 16 ਤਰੀਕ ਨੂੰ ਅਸੀਂ ਇੱਥੇ ਕੋਰਟ 'ਚ ਪੇਸ਼ ਕੀਤਾ ਸੀ, ਜਿਹਦਾ 18 ਤਰੀਕ ਤੱਕ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹੈ।